ਸੰਗਤਾਂ ਨੇ ਸੱਚੇ ਗੁਰੂ ਦੇ ਦੀਦਾਰ ਕੀਤੇ। ਬਾਬਾ ਮੱਖਣ ਸ਼ਾਹ ਦੀ ਅੱਖਾਂ ਚੋਂ ਕਿਰਦੇ ਹਜੂਆਂ ਨੇ ਗੁਰਦੇਵ ਦੇ ਚਰਨਾਂ ਨੂੰ ਧੋ ਦਿੱਤਾ। ਉਹ ਦੁਨੀਆਂ ਦੇ ਮਾਲਕਾ ਕਿ ਅੱਜ ਮੈਂ ਤੇਰੇ ਚਰਨਾਂ ਵਿੱਚ ਬੈਠਾ ਹਾਂ ਤੇ ਤੇਰੀ ਕਿਰਪਾ ਦਾ ਸਦਕਾ ਵਰਨਾ ਸਮੁੰਦਰ ਦੀਆਂ ਲਹਿਰਾਂ ਤੇ ਸਭ ਕੋ ਰੋੜ ਕੇ ਲੈ ਚਲੀਆਂ ਸੀ। ਧਿਆਇਆ ਕਰੋ ਗੁਰੂ ਨੂੰ ਔਰ ਗੁਰੂ ਕੀ ਸੰਗਤ ਅੱਗੇ ਵਧੀਏ। 21 ਪਖੰਡੀ ਗੁਰੂ ਮੰਜੀਆਂ ਚੱਕ ਕੇ ਦੌੜ ਕੇ ਆਪੋ ਆਪਣੇ ਡੇਰਿਆਂ ਨੂੰ ਛੱਡ ਕੇ ਪਿੰਡਾਂ ਵੱਲੋਂ ਆਪਣੇ ਇਲਾਕਿਆਂ ਵੱਲੋਂ। ਪਰ ਧੀਰ ਮਨ ਦੇ ਦਿਲ ਵਿੱਚ ਈਰਖਾ ਮੱਚ ਉੱਠੀ। ਉਹਨੇ ਸਭ ਲੈ ਮਸੰਦ ਬਾਬਾ ਮੱਖਣ ਸ਼ਾਹ ਜੀ ਤੇ ਆਪਣੇ ਗੁਰੂ ਦੇ ਉੱਤੇ ਸ਼ਰਧਾ ਅਰਪਣ ਕਰਕੇ ਆਪਣੇ ਡੇਰੇ ਨੂੰ ਤੁਰ ਗਿਆ ਤੇ ਦੂਜੇ ਬੰਨੇ ਧੀਰ ਮਲ ਦੇ ਮਸੰਦ ਇਕੱਠੇ ਕੀਤੇ ਜਿਨ੍ਹਾਂ ਦਾ ਆਗੂ ਸੀ ਡਾਕੂ ਸ਼ੀਹਾਂ ਮਸੰਦ। ਕਹਿਣ ਲੱਗਾ ਲੁੱਟ ਲਓ ਗੁਰੂ ਤੇਗ ਬਹਾਦਰ ਦਾ ਡੇਰਾ। ਇਤਿਹਾਸ ਪੜ੍ਹੋ, ਸਤਿਗੁਰੂ ਤੇਗ ਬਹਾਦਰ ਦੇ ਮੱਥੇ ਉੱਤੇ ਸ਼ੀਹੇ ਮਸੰਦ ਨੇ ਗੋਲੀ ਚਲਾਈ। ਅਕਾਲ ਪੁਰਖ ਦੀ ਕਿਰਪਾ ਨਾਲ ਗੋਲੀ ਇਧਰਲੇ ਪਾਸਿਓਂ ਚਮੜੀ ਨੂੰ ਚੀਰ ਕੇ ਅੱਗੇ ਲੰਘ ਗਈ। ਸਤਿਗੁਰੂ ਜੀ ਬਾਲ ਬਾਲ ਬਚ ਗਏ। ਕਿਸੇ ਸਿੱਖ ਨੇ ਢਾਈ ਕਰਕੇ ਬਾਬਾ ਮੱਖਣ ਸ਼ਾਹ ਜੀ ਨੂੰ ਦੱਸਿਆ ਤੇ ਬਾਬਾ ਜੀ ਇੱਕ ਬਹੁਤ ਵੱਡੇ ਸਦਾਕਰ ਸੀ। 500 ਘੋੜ ਸਵਾਰ ਫੌਜ ਹਰ ਵੇਲੇ ਤਿਆਰ 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 ਬੰਦੂਕਾਂ ਨਾਲ। ਜਦੋਂ ਸੁਣੀ ਇੱਕ ਸੰਤ ਨੇ ਗੱਲ ਪੈ ਗਈ ਤਾਂ ਮੱਥੇ ਦੇ ਉੱਤੇ ਤਿਉੜੀਆਂ। ਲਓ ਜੀ 500 ਘੋੜ ਸਵਾਰ ਲੈ ਕੇ ਪਲਾਂ ਨੂੰ ਗੁਰੂ ਕੀ ਸੰਗਤ ਦੂਰ ਕਰਦਾ ਬਾਬਾ ਮੱਖਣ ਸ਼ਾਹ ਨੇ ਹੀ ਝੱਖੜ ਵਾਂਗੂ ਉੱਥੇ ਆਣ ਪਹੁੰਚਿਆ। ਜਿੰਨੇ ਮਸੰਦ ਸੀ ਨਾਲ ਹੀ ਧੀਰ ਮਲੀਆ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਬੰਨ ਕੇ ਮੁਸ਼ਕਾਂ ਨਾਲ ਹੀ ਸਭ ਕੁਝ ਲੁੱਟਦਾ ਮਾਲ ਲੈ ਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਲੈ ਆਂਦੇ। ਦਾਤਾ ਜੀ ਹੁਕਮ ਦੇਵੋ ਇਹਨਾਂ ਦੇ ਟੁਕੜੇ ਟੁਕੜੇ ਕਰਕੇ ਕਾਵਾਂ ਤੇ ਕੋਤਿਆਂ ਨੂੰ ਪਾ ਦੇਵਾਂ। ਗੁਰੂ ਦੇਵ ਤੇ ਇੰਨਾ ਭਰੋਸਾ, ਇੰਨੀ ਸ਼ਰਧਾ। ਪਰ ਨਿਰਵੈਰ ਸਤਿਗੁਰੂ ਤੇਗ ਬਹਾਦਰ ਕਹਿੰਦੇ ਮੱਖਣ ਸ਼ਾਹ ਇਹ ਲੁੱਟਦਾ ਮਾਲ ਹੈ, ਇਹ ਪਾਪੀ ਲੋਕ ਨੇ, ਤੇ ਜੇ ਅਸੀਂ ਇਹਨਾਂ ਨਾਲ ਇਹਨਾਂ ਵਾਲਾ ਵਿਹਾਰ ਕੀਤਾ ਤੇ ਫਿਰ ਇਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਕੀ ਰਹਿ ਗਿਆ? ਆਖੋ ਸਤਨਾਮ। ਮਹਾਰਾਜ ਕਹਿੰਦੇ ਦੇ ਦਿਓ ਇਹਨਾਂ ਨੂੰ ਸਭ ਕੁਝ। ਸਤਿਗੁਰੂ ਜੀ ਦਾ ਹੁਕਮ ਮੰਨਿਆ ਬਾਬਾ ਮੱਖਣ ਸ਼ਾਹ ਜੀ ਨੇ। ਐਵੇਂ ਅੱਜ ਦੁਨੀਆਂ ਦੇ ਕੋਨੇ ਕੋਨੇ ਤੇ ਉਹਨਾਂ ਦਾ ਨਾਂ ਨਹੀਂ, ਬਸ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਤੇ ਗੁਰਦੇਵ ਦਾ ਹੁਕਮ ਉਹਦਾ ਸੱਟ ਕਰਕੇ ਮੰਨ ਲਿਆ ਵੀ ਆਹ ਕਰ ਦਿੱਤੇ ਸਾਰੇ ਮਸੰਦ। ਮਹਾਰਾਜ ਕਹਿਣ ਲੱਗੇ ਆਪਣੀ ਮਾਤਾ ਨਾਨਕੀ ਨੂੰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੀਜੀ ਪਤਨੀ ਗੁਰੂ ਤੇਗ ਬਹਾਦਰ ਦੀ ਮਾਤਾ ਤੇ ਪਤਨੀ ਗੁਜਰੀ ਜੀ। ਕਹਿੰਦੇ ਆਪਾਂ ਹੁਣ ਬਾਬੇ ਬਕਾਲੇ ਨਹੀਂ ਰਹਿਣਾ, ਸਾਰੇ ਸਿੱਖ ਤਿਆਰ ਹੋ ਪਏ। ਢੋਲਕੀ ਚਮਟਿਆਂ ਦਾ ਕੀਰਤਨ ਕਰਦੇ ਅੰਮ੍ਰਿਤਸਰ ਪਹੁੰਚੇ। ਗਲੀਆਂ ਬਾਜ਼ਾਰਾਂ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਹਰੀ ਮੰਦਰ ਦੇ ਦਰਸ਼ਨ ਕਰਨ ਵਾਸਤੇ ਜਦੋਂ ਪਰਿਕਰਮਾ ਕਰਦੇ ਕਰਦੇ ਦਰਸ਼ਨੀ ਡਿਊੜੀ ਲੰਘੇ, ਇੱਥੇ ਵੀ ਮਸੰਦਾਂ ਦਾ ਕਬਜ਼ਾ ਸੀ ਭਰਾਵੋ। ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ। ਗਿਲਾ ਨਾ ਕਰਿਓ, ਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਅੰਮ੍ਰਿਤ ਸਰੀਏ ਤੇ ਅੰਦਰੋਂ ਸੜੀਏ। ਇਹ ਤੁਸੀਂ ਸਾਰੇ ਇਤਿਹਾਸ ਚੋਂ ਪੜ੍ਹਦੇ। ਇਹ ਲੋਕ ਉਹਨਾਂ ਵਾਸਤੇ ਬਚਨ ਕੀਤਾ ਸੀ ਜਿਨ੍ਹਾਂ ਨੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਹਰੀ ਮੰਦਰ ਦੇ ਦਰਸ਼ਨ ਨਹੀਂ ਕਰਨ ਦਿੱਤੇ। ਅਕਾਲ ਤਖਤ ਦੇ ਪਿਛਲੇ ਬੰਨੇ ਇੱਕ ਛੋਟਾ ਜਿਹਾ ਗੁਰੂ ਘਰ ਬਣਿਆ ਹੋਇਆ ਹੈ, ਕੋਠਾ ਸਾਹਿਬ। ਮਹਾਰਾਜ ਜਾ ਕੇ ਉਹ ਕੱਚੇ ਕੋਠੇ ਵਿੱਚ ਬਹਿ ਗਏ। ਬੀਬੀਆਂ ਭੈਣਾਂ ਮਹਿਤਾਵਾਂ ਨੂੰ ਪਤਾ ਲੱਗਾ ਧੰਨ ਸੀ ਅੰਮ੍ਰਿਤਸਰ ਦੀਆਂ ਮਾਈਆਂ ਦੁੱਧ ਦੇ ਕਾਂਢੇ ਲੈ ਕੇ ਸੇਵਾ ਵਿੱਚ ਹਾਜ਼ਰ ਹੋਈਆਂ ਤੇ ਹਜ਼ੂਰ ਨੇ ਆਖਿਆ ਸੀ ਮਾਈਆਂ ਰੱਬ ਰਜ਼ਾਈਆਂ, ਇਹਨਾਂ ਨੂੰ ਰੱਬ ਦੇ ਘਰ ਤੋਂ ਰਾਹ ਜਾਵੇਗਾ। ਸਤਿਗੁਰੂ ਜੀ ਕਹਿੰਦੇ ਆਪਾਂ ਇੱਥੇ ਵੀ ਨਹੀਂ ਰਹਿਣਾ, ਬਾਬੇ ਬਕਾਲੇ ਨਾਲੋਂ ਜ਼ਿਆਦਾ ਈਰਖਾ ਤੇ ਇੱਥੇ ਵਸਦੀ ਹੈ, ਗੁਰਦੇਵ ਪਿਤਾ ਕਿੱਥੇ ਦਾਣਾ ਹੈ? ਮਹਾਰਾਜ ਕਹਿੰਦੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ, ਜਿੱਥੇ ਰੱਬ ਲੈ ਜਾਵੇ। ਲਓ ਜੀ ਤੁਰ ਪਿਆ ਰੱਬੀ ਇਹਨਾਂ ਆਸ਼ਕਾਂ ਦਾ ਕਾਫਲਾ। ਸਤਿਗੁਰੂ ਤੇਗ ਬਹਾਦਰ ਦੇ ਮਾਤਾ ਨਾਨਕੀ ਜੀ ਪਾਲਕੀ ਵਿੱਚ ਬੈਠੇ, ਮਾਤਾ ਗੁਜਰੀ ਜੀ ਪਾਲਕੀ ਵਿੱਚ ਬੈਠੇ, ਭਾਈ ਮਤੀ ਦਾਸ ਵਰਗੇ, ਸਤੀ ਦਾਸ ਵਰਗੇ, ਦਿਆਲਾ ਜੀ ਵਰਗੇ, ਭਾਈ ਜੇਤਾ ਜੀ ਵਰਗੇ ਬ੍ਰਹਮ ਗਿਆਨੀ ਔਰ ਗੁਰੂ ਕੀ ਸੰਗਤ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਤੁਰਦਿਆਂ ਤੁਰਦਿਆਂ ਤਰਨ ਤਾਰਨ ਅੱਗੇ ਫਤਿਆਬਾਦ ਗੋਇੰਦਵਾਲ ਸਾਹਿਬ ਲੰਘ ਕੇ ਦਰਿਆ ਬਿਆਸਾ ਤੇ ਦੁਆਬਾ ਸਾਹਿਬ ਦੀ ਪਾਵਨ ਧਰਤੀ ਨੂੰ ਆਣ ਕੇ ਮੁਬਾਰਕ ਚਰਨ ਭਾਗ ਲਾ ਦਿੱਤੇ। ਦੁਆਬੇ ਦੇ ਪਿੰਡ ਸ਼ਹਿਰ ਨਦੀਆਂ ਨਾਲੇ ਜੰਗਲ ਕੇਲੇ ਪਾਰ ਕਰਦੇ ਕਰਦੇ ਸਤਿਗੁਰੂ ਪਾਤਸ਼ਾਹ ਜੀ ਇੱਧਰ ਨੂੰ ਆ ਤੁਰੇ। ਅੱਗੇ ਤੁਰਦੇ ਤੁਰਦੇ ਮਹਾਰਾਜ ਸੱਚੇ ਪਾਤਸ਼ਾਹ ਯੂਪੀ, ਯੂਪੀ ਦੇ ਜੰਗਲ ਬੇਲਿਆਂ ਨਦੀਆਂ ਨਾਲਿਆਂ ਨੂੰ ਪਾਰ ਕਰਦੇ ਕਰਦੇ ਕਿੱਥੇ ਪਹੁੰਚੇ? ਪ੍ਰਯਾਗ ਰਾਜ, ਜਿਹਨੂੰ ਅੱਜ ਕੱਲ੍ਹ ਅਸੀਂ ਗੁਰੂ ਕੀ ਸੰਗਤ ਅਲਾਹਾਬਾਦ ਤ੍ਰਿਵੈਣੀ ਤੀਰਥ ਕਹਿੰਦੇ ਹਾਂ। ਧਿਆਨ ਦੇਣਾ ਜਰਾ, ਜਿੱਥੋਂ ਦੇ ਪੰਡਿਤ ਨਹਿਰੂ ਜੀ ਹੋਏ ਨੇ, ਤੇ ਅਗਲੀ ਗੱਲ ਮੈਂ ਨਹੀਂ ਕਹਿਣੀ ਜਿੱਥੋਂ ਦੀ ਇੰਦਰਾ ਡੈਮ ਵੀ ਹੋਈ ਹੈ, ਗੱਜ ਕੇ ਹਰ ਕੋ ਸਤਨਾਮ। ਮਹਾਰਾਜ ਅਲਾਹਾਬਾਦ ਪਹੁੰਚ ਗਏ। ਇੱਥੇ ਤਿੰਨ ਨਦੀਆਂ ਦਾ ਸੰਗਮ ਹੈ, ਗੰਗਾ, ਜਮਨਾ, ਸਰਸਵਤੀ। ਇਹ ਤਿੰਨੇ ਆਪਸ ਵਿੱਚ ਜਾਣ ਕੇ ਮਿਲਦੀਆਂ ਨੇ। ਇਹ ਤੀਰਥ ਮਹਾਰਾਜ ਦੇ ਮਨ ਨੂੰ ਭਾ ਗਿਆ ਕਿ ਜਗ੍ਹਾ ਪਾਣੀ ਪਵਿੱਤਰ, ਇੱਕ ਬੰਨੇ ਦੀ ਸੜਕ ਹੈ, ਦੂਜੇ ਬੰਨੇ ਹਰੇ ਘਾਹ ਜੰਗਲ ਮੈਦਾਨ ਹੈ, ਤੇ ਇੱਕ ਬੰਨੇ ਤਿੰਨ ਨਦੀਆਂ ਦਾ ਸੰਗਮ। ਹਜ਼ੂਰ ਕਹਿਣ ਲੱਗੇ ਭਾਈ ਮਤੀ ਦਾਸ ਜੀ ਤੰਬੂ ਲਾ ਦਿਓ, ਇੱਥੇ ਅਕਾਲ ਪੁਰਖ ਦਾ ਸਿਮਰਨ ਕੀਤਾ ਜਾਵੇਗਾ। ਲਓ ਜੀ ਮੈਂ ਬੇਨਤੀ ਕਰਾਂ, ਰੋਜ਼ ਹੀ ਦਰਬਾਰ ਲੱਗਦਾ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ, ਨਾਮ ਜਪਣ ਲਈ ਸੰਗਤ ਇੱਕੋ ਵੰਡ ਛਕਣ ਲਈ ਪੰਗਤ ਇੱਕੋ ਲੋਕ। ਬੜੇ ਹੈਰਾਨ ਹੋਏ ਵੀ ਕਿਹੋ ਜਿਹਾ ਗੁਰੂ ਆਇਆ ਜਿਹਦੇ ਦਰਬਾਰ ਦੇ ਵਿੱਚ ਬਹਿ ਕੇ ਸਾਰੇ ਰੱਬ ਦਾ ਕੀਰਤਨ ਸੁਣ ਸਕਦੇ ਆ, ਜਿਹਦੀਆਂ ਪੰਗਤਾਂ ਵਿੱਚ ਬਹਿ ਕੇ ਲੋਕ ਬਿਨਾਂ ਵਿਤਕਰੇ ਤੋਂ ਗਰੀਬ ਅਮੀਰ ਰਾਜੇ ਰਾਣੀ ਇੱਕੋ ਥਾਂ ਬਹਿ ਕੇ ਭੋਜਨ ਛਕਦੇ ਆ। ਇੰਨੀ ਰੌਣਕ ਲੱਗ ਗਈ ਉਸ ਪਾਵਨ ਧਰਤੀ ਤੇ, ਪਰ ਸਤਿਗੁਰੂ ਤੇਗ ਬਹਾਦਰ ਜੀ ਦਾ ਨਿੱਤ ਕਰਮ ਕੀ ਸੀ? ਇਹ ਵੀ ਗੱਲ ਪਿਆਰ ਦੇ ਨਾਲ ਸੁਣੀ।
ਸੋਚਿਓ ਨਾ ਬਈ ਪਿਛੇ ਢਾਡੀ ਸਿੰਘ ਖਲੋਤੇ ਨੇ, ਇਹ ਬਸ 3-4 ਮਿੰਟ ਦੀ ਬਾਤ ਹੈ, ਇਹਨੂੰ ਪਿਆਰ ਨਾਲ ਸਮਝਣ ਦਾ ਯਤਨ ਕਰਿਓ। ਫਿਰ ਗੁਰੂ ਕੀ ਸੰਗਤ ਮੈਂ ਲਗਾਤਾਰ 7 ਪੌੜੀਆਂ ਤੁਹਾਡੇ ਚਰਨਾਂ ਵਿੱਚ ਖਾਉਣੇ ਨੇ। ਹਜ਼ੂਰ ਦਰਬਾਰ ਦੀ ਸਮਾਪਤੀ ਕਰਕੇ ਤੇ ਮਾਤਾ ਨਾਨਕੀ ਜੀ ਨੂੰ ਜਾ ਕੇ ਮੱਥਾ ਟੇਕਦੇ ਨੇ ਆਪਣੀ ਮਾਤਾ ਨੂੰ। ਅੱਜ ਮੇਰੇ ਪਿਆਰੇ ਗੁਰਦੇਵ ਨੇ ਆਪਣੀ ਮਾਤਾ ਨਾਨਕੀ ਨੂੰ ਮੱਥਾ ਟੇਕਿਆ। ਜਦੋਂ ਉੱਠ ਕੇ ਖੜੇ ਹੋਏ ਤੇ ਮਾਤਾ ਨਾਨਕੀ ਦੀਆਂ ਅੱਖਾਂ ਵਿੱਚ ਹੰਝੂ। ਨਿਰਵੈਰ ਸਤਿਗੁਰੂ ਮੁਕਤੀਆਂ ਦੇ ਦਾਤੇ ਧੰਨ ਧੰਨ ਗੁਰੂ ਤੇਗ ਬਹਾਦਰ ਬਾਇਨ ਸਿੱਖ ਕਹਿੰਦਾ ਹੈ, ਗੁਰੂ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿਆਵੈ ਧਾਈ। ਨਉ ਨਿਧਾ ਗੁਰੂ ਤੇਗ ਬਹਾਦਰ ਨੂੰ ਸਿਮਰਿਆ ਬਰਕਤਾਂ ਦੀ ਕੋਈ ਘਾਟ ਹੀ ਨਹੀਂ ਰਹਿੰਦੀ। ਹਜ਼ੂਰ ਕਹਿੰਦੇ ਪਿਆਰੀ ਮਾਤਾ, ਤੂੰ ਇੱਕ ਗੁਰੂ ਦੀ ਪੋਤ ਨਾ ਹੋਈ, ਇੱਕ ਗੁਰੂ ਦੀ ਨਾ ਹੋਈ, ਇੱਕ ਗੁਰੂ ਦੀ ਪਤਨੀ ਹੈ ਤੇ ਇੱਕ ਗੁਰੂ ਦੀ ਮਾਤਾ ਹੈ। ਤੇਰਾ ਤੇ ਖਾਨਦਾਨ ਹੀ ਗੁਰੂਆਂ ਦਾ ਹੈ ਤੇ ਐਡੀ ਭਗਤੀ ਦੀ ਮਾਲਕ ਮਾਤਾ ਨਾਨਕੀ, ਮੀਰੀ ਤੇ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨ ਸਾਥੀ ਮੇਰੀ ਪਿਆਰੀ ਮਾਤਾ, ਤੇਰੀਆਂ ਅੱਖਾਂ ਵਿੱਚ ਹੰਝੂ ਕਿਉਂ? ਕਹਿੰਦੇ ਹੰਝੂ ਜਿਹੜੇ ਸੀ ਧਰਤੀ ਵੱਲੋਂ ਡੁੱਲਣ ਲੱਗੇ। ਪਿਆਰੇ ਗੁਰਦੇਵ ਨੇ ਗੁਰੂ ਕੀ ਸੰਗਤ ਫਿਰ ਗੱਲ ਵਿੱਚ ਪੱਲਾ ਪਾ ਕੇ ਆਖਿਆ, ਮੇਰੀ ਮਾਤਾ ਇਹਨਾਂ ਹੰਝੂਆਂ ਦਾ ਕਾਰਨ ਦੱਸੋ। ਉਸ ਵੇਲੇ ਮਾਤਾ ਨਾਨਕੀ ਨੇ ਫਿਰ ਬਚਨ ਕੀਤਾ, ਮੇਰੇ ਪੁੱਤਰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਅੰਦਰ ਤੇਰੇ ਪਿਤਾ ਮੇਰੇ ਪਤੀ ਮੀਰੀ ਤੇ ਪੀਰੀ ਦੇ ਮਾਲਕ ਦਾ ਦਰਬਾਰ ਲੱਗਾ ਹੈ, ਸੰਗਤ ਆਉਂਦੀ ਇਹ ਮੈਂ ਲੰਗਰ ਤਿਆਰ ਕਰਦੀ ਹਾਂ, ਸੰਗਤ ਨੂੰ ਵਰਤਾਉਂਦੀ ਹਾਂ, ਸੰਗਤ ਭੋਜਨ ਛਕਦੀ ਹੈ, ਸੰਗਤਾਂ ਨੇ ਜੂਠੇ ਬਰਤਨਾਂ ਨੂੰ ਮਾਂਜਦੀ ਹਾਂ, ਜੋੜਿਆਂ ਨੂੰ ਝਾੜਦੀ ਹਾਂ, ਸੰਗਤ ਨੂੰ ਪੱਖੇ ਦੀ ਸੇਵਾ ਕਰਦੀ ਹਾਂ। ਕਿਤਨੀ ਸੇਵਾ ਨੂੰ ਤੱਕ ਕੇ ਇੱਕ ਦਿਨ ਮੇਰੇ ਪਤੀ ਮੇਰੇ ਤੇ ਇੰਨੇ ਮਿਹਰਬਾਨ ਹੋਏ, ਉਸ ਮੁਕਤੀਆਂ ਦੇ ਦਾਤੇ ਨੇ ਮੇਰੇ ਸੀਸ ਤੇ ਹੱਥ ਰੱਖ ਕੇ ਬਚਨ ਕੀਤਾ ਸੀ, ਨਾਨਕੀ ਬਾਣੀ ਕਹਿੰਦੀ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਮੇਰੇ ਪੁੱਤਰ ਉਹ ਬਚਨ ਬੜਾ ਕਮਾਲ ਦਾ ਸੀ, ਮੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਪਤੀ ਦੇਵ ਮੁਕਤੀਆਂ ਦੇ ਦਾਤੇ ਨੇ ਆਖਿਆ ਸੀ, ਅਸੀਂ ਇੰਨੇ ਪ੍ਰਸੰਨ ਹੋਏ ਹਾਂ ਤੇਰੀ ਭਗਤੀ ਤੋਂ, ਤੇਰੇ ਨਾਮ ਜਪਣ ਤੋਂ, ਤੇਰੇ ਸੇਵਾ ਤੋਂ, ਤੇਰੇ ਸਿਮਰਨ ਤੋਂ। ਇੱਕ ਦਿਨ ਆਵੇਗਾ ਤੇਰੇ ਪੁੱਤਰ ਦੇ ਬਹਾਦਰ ਦੇ ਘਰ ਤੇਰੀ ਨਹੁੰ ਦੀ ਭੁੱਖ ਤੋਂ ਜੁਗ ਪਲਟਾਉ ਇਨਕਲਾਬੀ ਜਿਝਾਰੂ ਸੰਤ ਸੂਰਬੀਰ ਗੁਰੂ ਪੁੱਤਰ ਪੈਦਾ ਹੋਵੇਗਾ। ਤੂੰ ਇਹੋ ਜਿਹਾ ਇਨਕਲਾਬੀ ਪੋਤਰੇ ਨੂੰ ਖਿਲਾਵੇਗੀ, ਮੁਕਤੀਆਂ ਦੇ ਦਾਤੇ ਨੂੰ ਖਿਲਾਵੇਗੀ। ਤੇ ਮੇਰੇ ਪੁੱਤਰਾ ਅੱਜ ਤੇਰੇ ਤੇ ਗੁਜਰੀ ਦੇ ਵਿਆਹ ਨੂੰ, ਮੇਰੇ ਪੁੱਤਰ ਤੇਰੇ ਤੇ ਮੇਰੀ ਨੌਂ ਦੇ ਵਿਆਹ ਨੂੰ 32 ਸਾਲ ਬਤੀਤ ਹੋ ਗਏ ਨੇ। ਮੇਰੇ ਵੀਰੋ ਅੰਦਾਜ਼ਾ ਲਾਓ, ਅੱਜ 32 ਮਹੀਨੇ ਵੀ ਨਹੀਂ ਸੱਸਾਂ ਲੰਘਣ ਦੇ ਦਿੱਤੀਆਂ, ਜਦੋਂ ਨੌਹਾਂ ਨੂੰ ਲੈ ਕੇ ਵਾਹਿਗੁਰੂ ਹਸਪਤਾਲਾਂ ਵੱਲ ਨੂੰ ਅਸੀਂ ਲੁੱਟਣ ਚਲੇ ਜਾਂਦੇ, ਡਾਕਟਰਾਂ ਵੱਲ ਨੂੰ ਭਗਤੀ ਗੁਰੂ ਭੁੱਲ ਜਾਂਦਾ ਏ। ਮੁਆਫ ਕਰਿਓ ਗੁਰੂ ਕੀ ਸੰਗਤ, ਮਾਂ ਨਾਨਕੀ ਕਹਿ ਰਹੀ ਹੈ ਮੇਰੇ ਪੁੱਤਰਾ 32 ਸਾਲ ਬਤੀਤ ਹੋ ਗਏ ਨੇ, ਉਹ ਸਲੱਖਣੀ ਘੜੀ ਕਦੋਂ ਆਵੇਗੀ, ਉਹ ਸੁਹਾਵਣਾ ਟਾਈਮ ਕਦੋਂ ਆਵੇਗਾ, ਮੈਂ ਕਦੋਂ ਵੀਰ ਬਹਾਦਰ ਜੁਗ ਪਲਟਾਊ ਪੁੱਤਰੇ ਦੇ ਦਰਸ਼ਨ ਕਰਾਂ, ਨਦੀ ਕਿਨਾਰੇ ਰੁਕੜਾ ਹਾਂ ਬਿਰਧ ਸਰੀਰ ਏ। ਉਸ ਵੇਲੇ ਗੁਰੂ ਤੇਗ ਬਹਾਦਰ ਕਹਿਣ ਲੱਗੇ, ਮਾਤਾ ਮੇਰੇ ਪਿਤਾ ਮੁਕਤੀਆਂ ਦੇ ਦਾਤੇ ਦਾ ਦਿੱਤਾ ਹੋਇਆ ਬਚਨ ਜ਼ਰੂਰ ਪੂਰਾ ਹੋਵੇਗਾ, ਉਹਨਾਂ ਨੇ ਜੋ ਤੁਹਾਡੇ ਨਾਲ ਬਚਨ ਕੀਤਾ ਹੈ ਗੁਰੂ ਨਾਨਕ ਜੀ ਰਹਿਮਤ ਕਰਨਗੇ, ਕਿਰਪਾ ਕਰਨਗੇ, ਮੇਰੇ ਸਤਕਾਰ ਜੋ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਰਹਿਮਤਾਂ ਦੇ ਨਾਲ ਝੋਲੀ ਭਰਨਗੇ। ਪਰ ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਬੜੀ ਵੱਡੀ ਘਾਲਣਾ ਘਾਲਣੀ ਪੈਣੀ ਹੈ। ਮੇਰੇ ਪੁੱਤਰ ਕੀ ਘਾਲਣਾ? ਕਹਿਣ ਲੱਗੇ ਤੁਹਾਨੂੰ, ਸਾਨੂੰ ਤੇ ਤੁਹਾਡੀ ਨਾ ਗੁਜਰੀ ਨੂੰ 5 ਬ੍ਰਹਮ ਗਿਆਨੀ ਬਾਣੀ ਦਾ ਅਖੰਡ ਜਾਪ ਕਰਨਗੇ। 48 ਘੰਟੇ ਲਾ ਕੇ ਚੌਕੜਾ ਰੱਬੀ ਬਾਣੀ ਦਾ ਅਖੰਡ ਜਾਪ ਕਰਨਾ ਪਵੇਗਾ। ਕਿੱਥੇ ਉਹ ਜ਼ਮਾਨਾ ਤੇ ਕਿੱਥੇ ਅੱਜ? ਜਾਂਦੇ ਹਾਂ 5 ਸਿੰਘ ਗੁਰਦੁਆਰੇ ਤੋਂ ਗੁਰੂ ਮਹਾਰਾਜ ਦੀ ਸਵਾਰੀ ਲੈ ਆਉਂਦੀ ਬਾਣੀ ਅਖੰਡ ਪਾਠ ਰੰਗ ਕਰਾ ਕੇ, ਕੋਈ ਸੌਦਾ ਲੈਣ ਭੱਜਿਆ ਜਾਂਦਾ, ਕੋਈ ਮਠਿਆਈ ਲੈਣ ਭੱਜਿਆ ਜਾਂਦਾ, ਤੇ ਵੀ ਪ੍ਰਾਹੁਣੇ ਵੀ ਆਉਣੇ ਨੇ ਭੋਗ ਤੋਂ ਬਾਅਦ, ਫਿਰ ਰੰਗ ਰਾਗ ਵੀ ਕਰਨਾ, ਕੋਈ ਠੇਕੇ ਵੱਲ ਨੂੰ ਭੱਜਿਆ ਜਾਂਦਾ, ਗੱਜ ਕੇ ਆਖੋ ਸਤਨਾਮ। ਬਾਣੀ ਸੁਣਨ ਦਾ ਟਾਈਮ ਹੀ ਨਹੀਂ ਤੇ ਬਾਣੀ ਦਾ ਗਿਆਨ ਕਿੱਥੋਂ ਹੋਵੇ? ਲੈ ਬਾਬਾ ਜੀ ਹੁਣ ਅਖੰਡ ਪਾਠ ਆਰੰਭ ਕਰ ਦਿੱਤਾ, ਅਸੀਂ ਤੇ ਭੋਗ ਵੇਲੇ ਬਹਿਣਾ, ਜਦੋਂ ਅਰਦਾਸ ਕਰਨੀ ਹੈ ਬਾਕੀ ਕੰਮ ਤੁਹਾਡਾ। ਮੇਰਾ ਸਤਿਗੁਰੂ ਕਿਰਪਾ ਕਰੇ, ਕਿੰਨੀ ਵੱਡੀ ਉਮਰ 93 ਸਾਲ ਦੀ ਉਮਰ ਦੇ ਵਿੱਚ ਮਾਤਾ ਨਾਨਕੀ ਨੇ ਚੌਂਕੀ ਲਾ ਕੇ ਬਾਣੀ ਸੁਣੀ, ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਬ੍ਰਹਮ ਗਿਆਨੀ ਮਤੀ ਦਾਸ ਤੋਂ ਲੈ ਕੇ ਭਾਈ ਦਿਆਲਾ ਸਖੀ ਦਾਸ ਵਰਗੇ ਬ੍ਰਹਮ ਗਿਆਨੀਆਂ ਨੇ ਬਾਣੀ ਦਾ ਭਾਈ ਮੰਨੋ ਵਾਲੀ ਵੀਰ ਤੋਂ ਖੰਡ ਜਾਪ ਕੀਤਾ। 3 ਦਿਨ ਹੋਈ ਸੰਪੂਰਨਤਾ, ਲਓ ਜੀ ਜਦੋਂ ਪਿਆ ਭੋਗ ਤੇ ਪਾ ਕੇ ਘਰਾਂ ਵਿੱਚ ਪੱਲੇ, ਇਹ ਸਾਰੇ ਹੀ ਸਰੀਰ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰ ਰਹੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਮੇਰੇ ਮਾਲਕ ਧਰਤੀ ਦੇ ਉੱਤੇ ਔਰੰਗਜ਼ੇਬ ਦੇ ਜ਼ੁਲਮ ਵੱਧਦੇ ਜਾ ਰਹੇ ਨੇ, ਜ਼ੁਲਮਾਂ ਨੂੰ ਠੱਲ ਪਾਉਣ ਵਾਸਤੇ ਤੇਰੇ ਮੁਬਾਰਕ ਚਰਨਾਂ ਦੇ ਵਿੱਚੋਂ ਵੀਰ ਬਹਾਦਰ ਪੁੱਤਰ ਦੀ ਮੰਗ ਕਰ ਰਿਹਾ, ਰਹਿਮਤ ਕਰੋ, ਇੱਕ ਜੁਗ ਪਲਟਾਓ ਵੀਰ ਬਹਾਦਰ ਪੁੱਤਰ ਚਾਹੀਦਾ ਹੈ। ਐਸੀ ਅਰਦਾਸ ਅਕਾਲ ਪੁਰਖ ਦੇ ਚਰਨਾਂ ਵਿੱਚ ਪਹੁੰਚੀ, ਕਹਿੰਦੇ ਨੇ ਦੁਨੀਆ ਦੇ ਮਾਲਕ ਕਰਤਾ ਪੁਰਖ ਦਾ ਮੇਰੇ ਪ੍ਰਭੂ ਪਰਮਾਤਮਾ ਦਾ ਸਿੰਘਾਸਨ ਹਿਲਿਆ ਹੈ, ਕਿਉਂਕਿ ਬੜੀ ਵੱਡੀ ਬੰਦਗੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੇ 26 ਸਾਲ ਬਾਬਾ ਬਕਾਲਾ ਦੀ ਧਰਤੀ ਅੰਦਰ ਬਹਿ ਕੇ ਅਕਾਂਤ ਬਿਰਤੀ ਲੈ ਕੇ
ਸੁਖ ਮਰਿਆਦਾ ਤਿਆਗ ਕੇ ਅਕਾਲ ਪੁਰਖ ਨੂੰ ਧਿਆ ਕੇ ਤੇ ਸਿਮਰਨ ਕੀਤਾ ਤੇ ਫਿਰ ਮਾਤਾ ਨਾਨਕੀ ਦੀ ਬੰਦਗੀ ਤੇ ਮਾਤਾ ਗੁਜਰੀ ਦੀ ਬੰਦਗੀ। ਇਹੋ ਜਿਹਾ ਪੁੱਤਰ ਕਲਗੀਧਰ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਨੇ ਸੋਚਿਆ ਕਿ ਜਿਹੜਾ ਪੁੱਤਰ ਮੇਰੇ ਕੋਲੋਂ ਮੰਗ ਰਹੇ ਨੇ ਮੈਂ ਪੁੱਤਰ ਘੱਲਾਂ। ਲਓ ਤੱਕੀ ਹੋ ਜਰਾ ਉਸ ਵੇਲੇ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਕਹਿੰਦੇ ਅਕਾਲ ਪੁਰਖ ਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਨੇ ਧਰਤੀ ਅਕਾਲ ਜੰਗਲ ਵੇਲੇ ਕੋਟ ਬ੍ਰਹਿਮੰਡਾਂ ਦੇ ਵਿੱਚ ਨਜ਼ਰ ਮਾਰੀ। ਹੇਮਕੁੰਟ ਦੀ ਪਾਵਨ ਧਰਤੀ ਦੇ ਅੰਦਰ ਸਭ ਸਿੰਘ ਸੋਭਤ ਹੈ ਤਾਂ ਜਿੱਥੇ ਸੱਤਾਂ ਪਹਾੜਾਂ ਵਾਲੀ ਤੀਸੀ ਬਰਫ ਦੇ ਘਰ ਵਿੱਚ ਮੇਰੀ ਸਮਾਧੀ ਲੱਗੀ ਸੀ ਨਾ, ਅਕਾਲ ਪੁਰਖ ਮੇਰੀ ਭਗਤੀ ਤੋਂ ਪ੍ਰਸੰਨ ਹੋ ਕੇ ਉਹਨਾਂ ਦੀ ਅਰਦਾਸ ਨੂੰ ਸੁਣ ਕੇ ਚੱਲ ਕੇ ਸਾਡੇ ਕੋਲ ਆਇਆ। ਕਹਿੰਦੇ ਲੱਗੀ ਹੋਈ ਸਮਾਧੀ, ਪਰਮ ਪਿਤਾ ਪਰਮਾਤਮਾ ਨੇ ਆਣ ਕੇ ਆਵਾਜ਼ ਦਿੱਤੀ, ਆਓ ਮੇਰੇ ਤਪਸਵੀ ਬਰਫ ਦੇ ਘਰ ਵਿੱਚ ਬਹਿ ਕੇ ਬੰਦਗੀ ਕਰਨ ਵਾਲੇ, ਮੈਂ ਤੇਰੀ ਭਗਤੀ ਤੋਂ ਪ੍ਰਸੰਨ ਹੋ ਕੇ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ, ਨੇਤਰ ਖੋਲ। ਆਹਾ, ਜਦੋਂ ਐਸੀ ਪਵਿੱਤਰ ਆਵਾਜ਼ ਕੰਨਾਂ ਵਿੱਚ ਪਈ ਨਾ ਤੇ ਮਹਾਰਾਜ ਕਹਿੰਦੇ ਫਿਰ ਮੈਂ ਨੇਤਰ ਖੋਲੇ। ਜਦੋਂ ਨੇਤਰ ਖੋਲੇ ਤੇ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕੀਤੇ, ਚੱਕ ਕੇ ਗੋਦੀ ਵਿੱਚ ਬਿਠਾ ਲਿਆ ਪਰਮਾਤਮਾ ਨੇ ਮੈਨੂੰ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਤੇ ਫਿਰ ਗੋਦੀ ਵਿੱਚ ਬਿਠਾ ਕੇ ਲਾਡ ਕਰਦੇ ਨੇ ਪਿਤਾ ਵਾਂਗੂ। ਕਲਗੀਧਰ ਜੀ ਕਹਿੰਦੇ ਦੁਸ਼ਟ ਦਮਨ ਸਾਡਾ ਨਾਂ ਸੀ, ਤੇ ਜਦੋਂ ਫਿਰ ਗੋਦੀ ਵਿੱਚ ਬਿਠਾ ਕੇ ਅਕਾਲ ਪੁਰਖ ਨੇ ਲੋਰੀ ਦਿੱਤੀ ਨਾ ਤੇ ਬਚਨ ਕੀ ਕੀਤਾ, ਮੈਂ ਆਪਣਾ ਸੁੱਤ ਤੁਹੇ ਨਵਾਜਾ। ਉਹ ਭਗਤੀ ਕਰਨ ਵਾਲੇ ਤਪਸਵੀ, ਮੈਂ ਤੈਨੂੰ ਆਪਣਾ ਪੁੱਤਰ ਮੰਨ ਲਿਆ ਹੋਇਆ, ਇਹਦੇ ਅਖੀਰਲੀ ਪੰਕਤੀ ਕਹਿ ਦਿੱਤੀ, ਆਪ ਕਰੋ ਹਮਰੇ ਸਭ ਕਾਜਾ। ਤੈਨੂੰ ਮੈਂ ਆਪਣਾ ਪੁੱਤਰ ਮੰਨ ਲਿਆ, ਤੈਨੂੰ ਬਰਕਤਾਂ ਦੇ ਨਾਲ ਮਾਲਾ ਮਾਲ ਕਰ ਦਿੱਤਾ ਹੈ, ਆਓ ਧਰਤੀ ਦੇ ਉੱਤੇ ਜਾ ਕੇ ਜ਼ੁਲਮ ਨੂੰ ਠੰਡ ਪਾਉਣੀ ਹੋਵੇਗੀ, ਮੇਰੇ ਕਰਨ ਵਾਲੇ ਕੰਮਾਂ ਨੂੰ ਤੂੰ ਕਰਨਾ ਹੋਵੇਗਾ। ਇੱਕ ਗੱਲ ਹੋਰ ਨੋਟ ਕਰਿਓ, ਮਹਾਰਾਜ ਕਹਿੰਦੇ ਕਈ ਪ੍ਰਕਾਰ ਉਸ ਵੇਲੇ ਫਿਰ ਮੇਰਾ ਆਉਣ ਨੂੰ ਚਿੱਤ ਨਾ ਭੈਰੋ ਹਮਰੋ ਆਵਣ ਕੋ, ਮੇਰਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ, ਪਰ ਅਕਾਲ ਪੁਰਖ ਨੇ ਹੁਕਮ ਕਰ ਦਿੱਤਾ ਕਿ ਮੈਂ ਤੈਨੂੰ ਆਪਣਾ ਪੁੱਤਰ ਮੰਨ ਲਿਆ ਤੇ ਤੈਨੂੰ ਜਾਣਾ ਹੀ ਪੈਣਾ ਹੈ। ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ ਪਾਉਣ ਵਾਸਤੇ ਤੇਰੇ ਤੋਂ ਬਗੈਰ ਦੁਨੀਆਂ ਦੇ ਵਿੱਚ ਹੋਰ ਕੋਈ ਕੁਰਬਾਨੀ ਨਹੀਂ ਕਰ ਸਕਦਾ, 9 ਸਾਲ ਦੀ ਉਮਰ ਦੇ ਵਿੱਚ ਪੁੱਤਰ ਪਿਤਾ ਨੂੰ ਦਿਲੀ ਕੁਰਬਾਨੀ ਕਰਨ ਵਾਸਤੇ ਕੋਈ ਨਹੀਂ ਤੋਰ ਸਕਦਾ, ਨੰਨੇ ਨੰਨੇ ਬੱਚਿਆਂ ਨੂੰ ਕੋਈ ਨੀਆਂ ਵਿੱਚ ਨਹੀਂ ਗੜਵਾ ਸਕਦਾ, ਚਮਕੌਰ ਦੀਆਂ ਜੂਹਾਂ ਅੰਦਰ ਕੁਰਬਾਨੀਆਂ ਨਹੀਂ ਕਰ ਸਕਦਾ, ਆਪਣੇ ਘਰ ਨੂੰ ਨਹੀਂ ਕੋਈ ਉਜਾੜ ਸਕਦਾ, ਮੇਰੇ ਤਪਸਵੀ ਇਹ ਸਾਰੇ ਕੰਮ ਤੂੰ ਹੀ ਕਰ ਸਕਦਾ ਹੈ, ਮੇਰਾ ਹੁਕਮ ਮੰਨ ਕੇ ਤੈਨੂੰ ਪਿਤਾ ਗੁਰੂ ਤੇਗ ਬਹਾਦਰ ਦੇ ਕੇ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਅਵਤਾਰ ਲੈਣਾ ਪਵੇਗਾ। ਤੇ ਉਸ ਵੇਲੇ ਕਲਗੀਧਰ ਜੀ ਕਹਿੰਦੇ ਮੈਂ ਜਾਵਾਂਗਾ, ਦਾਦਾ ਤੇਰਾ ਹੁਕਮ ਮੋੜ ਨਹੀਂ ਸਕਦਾ, ਮੈਨੂੰ ਆਣ ਕੇ ਦਰਸ਼ਨ ਦੇ ਦਾਰੇ ਦੇ ਕੇ ਆਪਣਾ ਪੁੱਤਰ ਮੰਨ ਕੇ ਨਦਰੀ ਨਜ਼ਰ ਨਿਹਾਲ ਕਰ ਦਿੱਤਾ ਹੈ,